फराटा पक्का कई दिन हो गए सी खराब होया पे सी ते अज आया मिस्त्री देख रहे हैं खोल के इहदे च की नुक्स निकलदा फिर पता नहीं मोटर मची है कि चलदा चलदा ही खड़ गए सी एकदम मैं कहता मोटर मटर दा हो गया काम आ भी आ सिल मचे होए सीगा इहदा तां ही चलदा चलदा खड़ गया हुंदे सिल पाउणे हुण नवा ला के देख ले चल चल पे हूँ ला के देख पखे का आप सिल बदलता तो चला के देखने चलता कि नहीं इधर वो फ्रिज वाला जा परले चला लो हाँ ये चल चल पे महीना क्या मैं पखे का सिल मचे हुए थे तो पखा अपना चल पाया हूँ कर दी बंद तो उत्ते लाने टेप वो कि फिर मच जो तारना तार भिड़क एक तो बोर्ड जहा भी खराब हो भी तो फिर लियावे तो सोच जो तो खड़ गए पता नहीं की गल होगी आ सोचता यदा चलता है इधरला और उरले दो मच गए जो बड़े है कहदी है कली तार सोच ना पा दें लेकिन सोच न छा की किधर हो रही है ये तो हम कदम कद एमरजेंसी ला लें भी कई बार रात रात कूलर खड़ जाए जा मान लो कूलर दिन रात चलता फिर गर्म हो जाते मोटर में दिन इन ला लें पखा बस चलाया पे आ देखो उन्हें बोर्ड जा बोर्ड देखने ते आ चेक कर दे चल मैं तो मार दंगा फुला पूरी हवा होगा पखा अपना हो गया ठीक है तो हम आई है पूरी फुल हवा तो डुगू ले जाता पखे की हवा चलता डुगू किन्नी हवा आँदी है चलदा फिर उन्होंने की रोला है पखे तार लाके देखो मैंने चल पे ये है जी सूरज ते मौन दा इत्थे पढ़न आउणा है कड़ी क्लास में रम्मी मम्मी उत्थे नहीं लगदा मौन इत्थे ही ओ तो पढ़ना इत्थे आउणा है इत्थों मैं आउणा 7-8 किलोमीटर ते मौन मंडी जेड़े वधिया वधिया सोहणे स्कूल है ते उत्थे नहीं लगदा
ਜਗਜੀਤ ਦਾ ਨੰਬਰ ਤਾਂ ਲੱਗਿਆ ਨਹੀਂ ਸੀ ਤੇ ਆਪਾਂ ਕਰਤਾ ਸੀ ਉਹਨੂੰ ਵਟਸਐਪ ਤੇ ਮੈਸੇਜ। ਉਹ ਕਹਿੰਦਾ ਮੈਂ ਆਉਣਾ ਅੱਡੇ ਤੇ ਉਦੋਂ ਤੱਕ ਪੀ ਲਈਏ ਆਪਾਂ ਚਾਹ। ਹਾਲੇ ਉਹਨੂੰ 3 ਵਜੇ ਕਿਹਾ ਸੀ ਆ ਜੀ ਤੇ ਘੰਟਾ ਹੋ ਗਿਆ ਹੁਣ ਆਇਆ ਇਹ। ਤੂੰ ਜਾਣਾ ਮੰਡੀ ਕਿ ਜਾਣਾ ਨਹੀਂ? ਜਾਣਾ ਤੇ ਫੋਨ ਲਿਆ ਭਰਾਵਾ ਪਹਿਲਾਂ ਤੂੰ 4-5 ਵਾਰੀ ਤੇਰਾ ਫੋਨ ਆਇਆ, 12 ਵਜੇ ਦਾ ਲਾਉਣ ਲੱਗਾ ਮੈਂ, ਤੇਰਾ ਨੰਬਰ ਹੀ ਨਹੀਂ ਲਾਦਾ। ਪਾਣੀ ਨਾ ਟਕਾ ਨਹੀਂ ਚੌੜ ਦੇ, ਕਿਸੇ ਨੂੰ ਕੋਈ ਕਿੰਨੀ ਮਜਬੂਰੀ ਹੋਵੇ ਤੇਰਾ ਨੰਬਰ ਤਾਂ ਲੱਗਿਆ ਪਿਆ। ਹਾਰ ਕੇ ਮੈਂ ਵਟਸਐਪ ਤੇ ਮੈਸੇਜ ਕਰਿਆ, ਮੈਂ ਚੱਲ ਪੁੱਛਦਾ ਹਾਂ। ਤੂੰ ਮੈਨੂੰ ਸਵੇਰੇ ਕਹਿ ਗਿਆ ਕਿ 11 ਵਜੇ ਚੱਲਾਂਗੇ, ਹੋਰ ਮੈਂ ਕਿਹਾ ਕਿਤੇ ਚੱਲਾਂਗਾ ਮੈਂ ਡਿੱਕੀ ਆਵਾਂ, 12 ਵਜੇ ਤੈਨੂੰ ਫੋਨ ਲਾ, ਉਦੋਂ ਬਾਅਦ ਆ ਹੋ ਗਈ ਮਸ਼ੀਨ ਖਰਾਬ ਬੀਪੀ ਵਾਲੀ, ਇਹਦੇ ਬਿਨਾਂ ਇੱਕ ਮਿੰਟ ਨਹੀਂ ਸਰਦਾ। ਮੈਂ ਹੁਣ ਬੀਪੀ ਸੈੱਟ ਲਿਆਉਣਾ ਪਊ ਜਾ ਕੇ ਉੱਥੋਂ, ਬੀਪੀ ਸੈੱਟ ਤਾਂ ਲਿਆਈਏ ਫਿਰ ਤੇ ਬਾਕੀ ਜੇ ਕੋਈ ਉਹ ਕਰਿਆ ਤਾਂ ਹੈਪੀ ਨੇ ਸਮਾਨ ਸਮਾਨ ਪਰਚੀ ਵਟਸਐਪ ਕਰ ਦੂ, ਆਪਾਂ ਲੈ ਆਵਾਂਗੇ। ਮਿਸਤਰੀ 12 ਵਜੇ ਦਾ ਕਹਿਣ ਲੱਗਿਆ ਸੀ ਤੇ 4 ਵਜੇ ਦੇ ਨੇ। ਹਲ ਤਾਰ ਲੱਗੀ ਪਈ, ਤਾਰ ਖੋਲ ਮੋੜ ਰਹੀ ਹੈ ਤੇ ਤਾਰ ਵੀ ਲੱਗੀ ਪਈ ਆ। ਅਰੇ ਮਿਸਤਰੀ 12 ਵਜੇ ਦਾ ਕਹਿਣ ਲੱਗਾ, ਕਹਿੰਦਾ 12 ਵਜੇ ਚੱਲਦੇ ਨਾਪ ਲੈ ਕੇ ਆਵਾਂਗੇ, 4 ਵਜੇ ਤੇ ਬੜਾ ਲੇਟ ਕਰਦਾ ਵਾ ਯਾਰ, ਮਿਸਤਰੀਆਂ ਦੇ ਇੱਥੇ ਕੰਮ ਆ। ਹੋਰ ਯਾਰ ਤੂੰ ਟਾਈਮ ਨਾ ਦੱਸਦਾ, ਬਸ 12 ਵਜੇ ਦਾ ਨੂੰ ਇੱਕ ਦਾ ਫੋਨ ਨਹੀਂ ਲਾਦਾ, ਇਹਨੂੰ ਫੋਨ ਹੋਰ ਲਿਆ 12 ਵਜੇ ਦਾ ਕਰ ਲੱਗਿਆ ਇਹਨੂੰ ਫੋਨ। ਜਿਹੜੇ ਸਰਦਾਰ ਕੇ ਮੋਗਾ ਕਬਜੇ ਗੁੰਡੇ ਲਾਉਣੇ ਆ ਉਹ ਵੀ ਕਾਮਲਾ ਹੀ ਹੋਇਆ। ਆ ਗਿਆ ਜੀ ਜਗਜੀਤ ਦਾ ਖੇਤ, ਆ ਚੜਾ ਰੱਖਿਆ ਤੋਰੀਆਂ ਦੀਆਂ ਬੱਲਾਂ, ਆ ਤੋਰੀ ਵੀ ਲੱਗੀ ਪਈ ਇੱਕ ਵਾਰੀ, ਤੋਰੀ ਦੇਖ ਲਓ, ਆ ਤੋਰੀ ਆ ਗਈ ਵੀਰੋ ਦੇਖੋ, ਐਡੀ ਗਿਆ ਹੁਣੇ ਮਹੀਨੇ ਕੁ ਨੂੰ ਚੱਲ ਪੈਣੀਆਂ ਸਾਰੀਆਂ ਬੱਲਾਂ, ਉਹ ਜਾਲ ਭਰ ਜੂ ਸਾਰਾ ਉੱਪਰ ਤੱਕ, ਜਾਲ ਭਰ ਕੇ ਫਿਰ ਤੋੜਨੀਆਂ। ਆ ਦੇਖੋ ਐਡੀ ਤੋਰੀ ਲੱਗੀ ਪਈ ਆ, ਬਸ ਐਂ ਲਾਉਂ ਕੇ ਜਾਂਦੀ ਇੱਥੇ ਜਾਲ 'ਤੇ, ਇੰਨੀ ਲੱਗੀ ਪਈ। ਪਹਿਲਾਂ ਇਹਨਾਂ ਦੇ ਆਹ ਕੋਠਾ ਹੁੰਦਾ ਸੀ ਛੋਟਾ ਜਿਹਾ, ਤੇ ਇਹ ਐਤਕੀ ਤੋੜਤਾ ਭੰਨ ਕੇ ਤੇ ਐਤਕੀ ਆਹ ਨਵਾਂ ਬਣਾਤਾ। ਉਹ ਆਹ ਸਾਰਾ ਤਾਂ ਦੇੜ ਦਿੰਦੇ, ਅੱਧਾ ਤਾਂ ਛੱਡਤਾ ਹੋਇਆ, ਹਾਂ ਉਹਨੂੰ ਸਾਰਾ ਦੇੜ ਦਿੰਦੇ। ਅੱਛਾ ਰਸੋਈ ਬਣਾਤੀ ਆਹ, ਲੈ ਭਾਈ ਇਹਨੂੰ ਆਹ ਕਮਰਾ ਹੁੰਦਾ ਸੀ ਜਿਹੜਾ ਪਹਿਲਾਂ, ਇਹਦੀ ਬਣਾਤੀ ਰਸੋਈ ਤੇ ਇੱਧਰ ਬਣਾਤਾ ਨਵਾਂ ਕਮਰਾ। ਆਹ ਮੋਟਰ ਆ ਗਈ ਸੋਲਰ ਸਿਸਟਮ। ਨਾ ਪੁੱਤ ਤੂੰ ਨੀ ਜਾਣਾ, ਅਸੀਂ ਤਾਂ ਅੱਗੇ 3 ਜਣੇ ਮੋਟਰਸਾਈਕਲ ਤੇ ਬੈਠ, ਤੂੰ ਉਹ ਚਲਾ ਲੈ ਸਾਈਕਲ ਹੀ ਉਹ ਦੇਖ, ਉਹ ਬਈ ਮਗਰ ਬੰਨ ਸਾਈਕਲ ਹੀ, ਹੋਰ ਤੂੰ ਸਾਈਕਲ ਹੀ ਤੇ ਆ ਜਾ, ਸਾਡੇ ਮਗਰ ਸਾਈਕਲ ਹੀ ਤੇ ਆ ਜਾ, ਮਗਰ ਆ ਜੀ ਇਹ ਹੋ ਗਿਆ ਕਹੀ ਨਾ, ਸੱਚੀ ਨਾ ਮਗਰ ਤੁਰ ਪਏ ਕਿਤੇ, ਸੱਚੀ ਨਾ ਮਗਰ ਆ ਜੀ ਉਹ ਆ ਗਿਆ ਬਣੇ ਰਹੇ ਵੀਡੀਓ ਦੇ ਨਾਲ ਦਿਖਾਵਾਂਗੇ ਕਿਹੜਾ ਲੈ ਕੇ ਆਉਂਦੇ। ਰੋਡ ਕਿਤੇ ਲੈ ਜਾਣਾ ਹੀ ਪਊ, ਧੱਕਾ ਨਾ ਕਰੋ ਵੀਰ ਜੀ, ਧੱਕਾ ਨਾ ਕਰੋ। ਉਹ ਸਾਹਮਣੇ ਤੁਹਾਨੂੰ ਜ਼ਿਲ੍ਹਾ ਹੋਊਗਾ, ਪੰਪ ਵੀ ਆ ਗਿਆ ਨੇੜੇ, ਪਹੁੰਚੂਗਾ ਪਹੁੰਚੂਗਾ ਕੋਈ ਗੱਲ ਨੀ, ਚੱਲ ਚੱਲ ਪਹੁੰਚੂ ਬਾਹਰ ਜੇ ਸਾਹਮਣੇ ਤਾਂ ਪਹੁੰਚੂ, ਆ ਗਿਆ ਜੀ ਮੈਨੂੰ ਲੱਗਦਾ ਰੋਡ ਦਾ ਪਹੁੰਚੂ, ਚੱਲ ਰੋਡ ਦਾ ਕੋਈ ਗੱਲ ਨੀ।
ਆਇਆ ਤੂੰ ਕਹੇ ਨਾ ਫਿਰ ਗੁੱਸਾ ਮੰਨ ਜੂ ਇਹ ਮਗਰ ਵੀ ਦੇਖ ਲਈ ਵੀਰੇ ਟੱਪਣਾ ਨਹੀਂ ਮਚਾਲੇ ਨਾ ਬੰਦ ਕਰ ਦੀ ਪਹੁੰਚ ਗਏ ਧਾਲੀਵਾਲ ਲੈਬੋਰਟਰੀ ਤੇ ਜਿੱਥੋਂ ਲੈਣਾ ਆਪਾਂ ਬੀਪੀ ਸੈੱਟ ਚਲੋ ਜੀ ਬੀਪੀ ਸੈੱਟ ਲੈਣਾ ਜੀ ਮਰਕਰੀ ਵਾਲੇ ਮਰਕਰੀ ਵਾਲਾ ਹਾਂਜੀ ਮਰਕਰੀ ਵਾਲਾ ਵੀ ਸੈੱਟ ਹੋਣਾ ਨਹੀਂ ਅੱਜ ਨਹੀਂ ਲੈਣਾ ਹੋਰ ਕਿਹੜਾ ਹੋਊਗਾ ਜੀ ਆਪਣਾ ਘੜੀ ਵਾਲਾ ਘੜੀ ਵਾਲਾ ਮਿਲ ਜੂਗਾ ਦੂਜੇ ਹੈ ਨੀ ਕੰਮ ਦੇ ਡਿਜੀਟਲ ਕਹਿ ਰਹੇ ਜਿਹੜਾ ਮਰਕਰੀ ਵਾਲਾ ਮੇਰੇ ਕੋਲ ਨਾ ਦੂਜੇ ਘੜੀ ਵਾਲੇ ਹੈਗੇ ਮਹੀਨੇ ਬਾਅਦ ਹੀ ਖਰਾਬ ਹੋ ਜਾਂਦਾ ਹੋਰ ਮੈਨੇ ਮੇਰੇ ਕੋਲ ਪਹਿਲਾਂ ਹੈਗਾ ਸੀ ਮਰਕਰੀ ਵਾਲਾ ਉਹ ਉੱਧਰ ਭੇਜਤਾ ਦੂਜੀ ਦੁਕਾਨ ਤੇ ਕਿਹੜੀ ਕੰਪਨੀ ਦਾ ਲੈਣਾ ਮਰਕਰੀ ਵਾਲਾ ਕਿੰਨੇ ਕੁ ਤੱਕ ਹੋਊਗਾ ਰੇਂਜ ਪਰਫੈਕਟ ਦਾ ਡਾਇਮੰਡ ਦਾ ਇੱਕ ਜਿਹੜਾ ਇਹਦੇ 'ਚ ਉਹ ਆਉਂਦਾ ਬਲੈਕ ਹੁੰਦਾ ਇਹਦੇ ਵਿੱਚ ਵਾਲਾ ਜਿਹੜਾ ਸਿਸਟਮ ਹੁਣੇ ਹੁਣੇ ਥੋੜਾ ਹਲਕਾ ਹੁੰਦਾ ਜੀ ਬਲੈਕ ਵਾਲਾ ਹੋਵੇ ਤਾਂ ਬਲੈਕ ਵਾਲਾ ਹਾਂਜੀ ਹਾਂ ਥੋੜਾ ਹੁੰਦਾ ਹੈਗਾ ਉਹ ਤਾਂ ਵਿੱਚ ਹੀ ਆਉਂਦਾ ਫਿਰ ਇਸ ਤਰ੍ਹਾਂ ਆਉਂਦਾ ਅੱਛਾ ਬਲੈਕ ਵਾਲਾ ਜੇ ਅਲੱਗ ਤੋਂ ਨਹੀਂ ਮਿਲਦਾ ਅਲੱਗ ਤੋਂ ਮਿਲਦਾ ਪਰ ਅੱਜ ਨਹੀਂ ਮਿਲਦਾ ਕਿੰਨੇ ਦੀ ਇਹ ਸਾਰਾ ਕੰਪਲੀਟ ਹੈ ਲੈਣਾ ਬਲੈਕ ਵਾਲਾ ਨਹੀਂ ਚਾਹੀਦਾ ਹਾਂ ਇਕੱਲਾ ਦੱਸ ਦਿਓ ਕੋਈ ਕਿੰਨੇ ਦੀ 270 ਦਾ ਹੀ ਪਹੁੰਚ ਗਏ ਜੀ ਆਪਾਂ ਲੋਹੇ ਵਾਲੀ ਦੁਕਾਨ ਤੇ ਉਧਰੋਂ ਤਾਂ ਸਮਾਨ ਪੂਰਾ ਮਿਲਿਆ ਨੀ ਸੀਗਾ ਫਿਰ ਇਧਰੋਂ ਆਏ ਹੁਣ ਇੱਥੇ ਦੇਖਦੇ ਸਮਾਨ ਕੀ ਲੈਣਾ ਇਹਨੇ ਹੋਲਸੇਲ ਦੀ ਦੁਕਾਨ ਆ ਬਾਈ ਇੱਥੇ ਆਇਆ ਕਰੋ ਲੋਹਾ ਲੋਹਾ ਲੈਣਾ ਹੋਵੇ ਮੌੜ ਮੰਡੀ ਬਾਹਲੀ ਤਕੜੀ ਦੁਕਾਨ ਬਾਹਲਾ ਤਕੜਾ ਸਿਸਟਮ ਉਹ ਦੇਖੋ ਕਿੱਥੋਂ ਤੱਕ ਲੋਹਾ ਹੀ ਲੋਹਾ ਹੈ ਥੱਲੇ ਉੱਤੇ ਸਾਰੇ ਲੋਹਾ ਹੀ ਲੋਹਾ ਕਰ ਰੱਖਿਆ ਬਾਈ ਜਿੱਥੋਂ ਤੱਕ ਨਜ਼ਰ ਜਾਂਦੀ ਉੱਥੇ ਤੱਕ ਲੋਹਾ ਹੀ ਲੋਹਾ ਸਾਰਾ ਪਰ ਹਰ ਇੱਕ ਚੀਜ਼ ਮਿਲੂ ਇੱਥੋਂ ਪੈਪ ਲੈਣੀ ਹੈ ਪੱਤੀ ਲੈਣੀ ਹੈ ਕੁਛ ਹੀ ਲੈਣਾ ਸਾਰਾ ਕੁਛ ਮਿਲੂ ਟਾਈਮ ਹੋ ਗਏ 7:32 ਅਤੇ ਅੱਜ ਦੀ ਵੀਡੀਓ ਦਾ ਕਰਦੇ ਹਾਂ ਇੱਥੇ ਐਂਡ ਅਤੇ ਜੇ ਵੀਡੀਓ ਤੁਸੀਂ ਪੂਰੀ ਦੇਖ ਲਈ ਤਾਂ ਵੀਡੀਓ ਲਾਈਕ ਕਰ ਦਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਮਿਲਾਂਗੇ ਅਗਲੀ ਵੀਡੀਓ 'ਚ ਬਾਏ ਬਾਏ।